ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਵਿੱਚ ਖਾੜਗੋਬਾਦ ਦੇ ਦੌਰ ਤੋਂ ਬਾਅਦ 2015 ਦੇ ਚਕ ਅਜਿਹਾ ਸਿੱਖ ਮੁੱਦਾ ਉੱਭਰ ਕੇ ਸਾਹਮਣੇ ਆਇਆ ਜਿਸ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਅੰਦਰ ਨਵੇਂ ਸਿਰੇ ਤੋਂ ਕਤਾਰਬੰਦੀ ਖੜੀ ਕਰ ਦਿੱਤੀ ਆ। ਆਪਾਂ ਗੱਲ ਕਰਦੇ ਆਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਜਿਹੜੀ ਸਿੰਘ ਸਹਿਬਾਨ ਨੇ ਸਪੱਸ਼ਟੀਕਰਨ ਤੋਂ ਬਾਅਦ ਮਾਫੀ ਦਿੱਤੀ ਆ ਉਹਦੇ ਨਾਲ ਕਈ ਸਾਫਕਾ ਸਿੰਘ ਸਹਿਬਾਨ, ਸੰਤ ਸਮਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਤੇ ਕਈ ਹੋਰ ਵਿਦਵਾਨਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਹੈ ਇਹ ਵੀ ਸਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਨੇ ਜਥੇਦਾਰ ਅਵਤਾਰ ਸਿੰਘ ਮੱਖੜ ਦੀ ਅਗਵਾਈ ਹਟ ਮੀਟਿੰਗ ਕਰਕੇ ਇਸ ਫੈਸਲੇ ਨੂੰ ਦਰਸਤ ਕੀਤਾ ਹੈ ਬੇਸ਼ੱਕ ਇਹ ਹੈ ਕਿ ਉੱਥੇ ਵੀ ਕਈ ਵਿਰੋਧੀ ਸਰਾ ਉੱਭਰ ਕੇ ਸਾਹਮਣੇ ਆਈਆਂ ਸਿੰਘ ਸਹਿਬਾਂ ਚ ਇਹਨਾਂ ਨੇ ਫੈਸਲਾ ਲਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਡੇ ਹਿੱਤਾਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਇਹਨਾਂ ਸਾਰੇ ਮੁੱਦਿਆਂ ਤੇ ਸਾਡੇ ਨਾਲ ਚਰਚਾ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ ਬੀਬਾ ਪਰਮਜੀਤ ਕੌਰ ਲਾਂਡਰਾ ਜਿਹੜੇ ਕਿ ਔਮਨ ਕਮਿਸ਼ਨ ਦੇ ਚੇਅਰਪਰਸਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹ ਅਕਬਾਸ ਸਿੰਘ ਲਾਲਪੁਰਾ ਜਿਹੜੇ ਕਿ ਉਹ ਗੈਸ ਸਿੱਖ ਵਿਦਵਾਨ ਨੇ ਸਰਜੀਤ ਪੰਦੇ ਜਿਹੜੇ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਜਰਨਲਿਸਟ ਮੈਂ ਤਿੰਨੇ ਮਹਿਮਾਨਾਂ ਨੂੰ ਜੀ ਆਖਦਾ ਹਾਂ ਵੀ ਬਿਬਾ ਲਾਂਡਰਾਂ ਜੀ ਜਦੋਂ ਆਪਾਂ ਇਸ ਮੁੱਦੇ ਤੇ ਗੱਲਬਾਤ ਕਰਦੇ ਹਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੋ ਮੇਰੀ ਜਾਣਕਾਰੀ ਮੁਤਾਬਕ ਜਿਹੜਾ ਫੈਸਲਾ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਮੀਟਿੰਗ ਦੇ ਵਿੱਚ ਵੀ ਤੁਸੀਂ ਹਾਜ਼ਰ ਰਹੇ ਹੋ ਕੀ ਸਿੰਘ ਸੇਵਾੰਦਾ ਜਿਹੜਾ ਫੈਸਲਾ ਹੈ ਦਰੁਸਤ ਹੈ ਦੇਖੋ ਜੇਕਰ ਅਸੀਂ ਜਾਦਾ ਬੇਦਬਤਾ ਦੀ ਗੱਲਾਂ ਦੇ ਵਿੱਚ ਵੀ ਨਾ ਜਾਈਏ ਜੀ ਤਾਂ ਤੁਸੀਂ ਇਸ ਗੱਲ ਦੇ ਨਾਲ ਮੇਰੇ ਨਾਲ ਸਾਰੇ ਸਹਿਮਤ ਹੋਵੋਗੇ ਸੁਣਨ ਵਾਲੇ ਵੀ ਮੇਰੇ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਜੀ ਕਿ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਜੀ ਉਦੋਂ ਕੁਝ ਆਦੇਸ਼ ਉਹਨਾਂ ਨੇ ਖਾਲਸਾ ਪੰਥ ਦੇ ਅੱਗੇ ਵਰਕਿੰਗ ਦੇ ਵਾਸਤੇ ਦਿੱਤੇ ਸੀ ਉਹਨਾਂ 'ਚ ਇੱਕ ਆਦੇਸ਼ ਇਹ ਵੀ ਸੀ ਕਿ ਜਦੋਂ ਵੀ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਦੇ ਨਾਲ ਖਾਲਸਾ ਪੰਥ ਨੂੰ ਜੂਝਣਾ ਪਏਗਾ ਤਾਂ ਜ਼ਰੂਰੀ ਨਹੀਂ ਕਿ ਗੁਰੂ ਸਾਹਿਬ ਆਪਣੇ ਰੂਪ ਦੇ ਵਿੱਚ ਆ ਕੇ ਉਹਨਾਂ ਨੂੰ ਅਗਵਾਈ ਦੇ ਸਕਿਆ ਤਾਂ ਉਸ ਕੰਡੀਸ਼ਨ ਦੇ ਉਸ ਸਿਚੁਏਸ਼ਨ ਦੇ ਵਿੱਚ ਪੰਜ ਸਿੰਘ ਕੋਈ ਵੀ ਇਕੱਠੇ ਹੋ ਕੇ ਜੇਕਰ ਕੋਈ ਆਦੇਸ਼ ਦੰਦੇ ਨੇ ਤਾਂ ਉਹ ਸਾਰਿਆਂ ਨੂੰ ਪ੍ਰਵਾਨਿਤ ਹੋਵੇਗਾ ਉਹ ਸੁਪਰੀਮ ਇੱਕ ਇਲਾਹੀ ਹੁਕਮ ਦੇ ਵਾਂਗੂ ਮੰਨਿਆ ਜਾਵੇਗਾ ਉਹ ਸਾਰਿਆਂ ਦੇ ਮੰਨਿਆ ਜਾਏ ਤੇ ਉਸੇ ਰੂਪ ਚ ਗੁਰੂ ਸਾਹਿਬ ਨੂੰ ਵੀ ਉਹ ਆਦੇਸ਼ ਮੰਨਣਾ ਪਿਆ ਚਮਕੌਰ ਦੀ ਗੜੀ ਛੱਡ ਕੇ ਜਾਣੀ ਪਈ ਔਰ ਮੈਨੂੰ ਲੱਗਦਾ ਕਿ ਹੋ ਸਕਦਾ ਦਿਲ ਤੋਂ ਉਦੋਂ ਉਹਨਾਂ ਦਾ ਮਨ ਨਹੀਂ ਸੀ ਰਾਜੀ ਤੇ ਉਹ ਆਪਣੇ ਕਿਉਂਕਿ ਜਦੋਂ ਖਾਲਸਾ ਪੰਥ ਸਾਜਿਆ ਗਿਆ ਤਾਂ ਸਾਰੇ ਸਿੰਘਾਂ ਦੇ ਜਿਹੜੇ ਸਿੰਘ ਸੱਜ ਕੇ ਤਿਆਰ ਹੋਏ ਸੀ ਉਹਨਾਂ ਦੇ ਪਿਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਮਾਤਾ ਸਹਿਬਕੌਰ ਜੀ ਸੀ ਆਪਣੇ ਪੁੱਤਰਾਂ ਵਰਗੇ ਸਿੰਘਾਂ ਨੂੰ ਛੱਡ ਕੇ ਜਾਣ ਨੂੰ ਉਹਨਾਂ ਦਾ ਮਨ راضی ਨਹੀਂ ਸੀ ਪਰ ਪੰਜ ਸਿੰਘਾਂ ਦਾ ਜੋ ਹੁਕਮ ਸੀ ਉਤੇ ਉਹਨਾਂ ਨੇ ਫੁੱਲ ਚੜਾਏ ਉਹ ਗਏ ਸੋ ਇਸੇ ਤਰ੍ਹਾਂ ਹੁਣ ਜੋ ਸਿੰਘ ਸਹਿਬਾਨ ਨੇ ਜੋ ਇਹ ਹੁਕਮ ਦਿੱਤਾ ਹੈ ਜੋ ਫੈਸਲਾ ਲਿਆ ਅਸੀਂ ਉਹਦੇ ਮੈਰਿਟਸ ਐਂਡ ਡੀਮੈਰਿਟਸ ਦੇ ਵਿੱਚ ਨਾ ਜਾ ਕੇ ਸਾਨੂੰ ਸਿੱਖ ਪੰਥ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂਕਿ ਸਾਡੀ ਸੁਪਰੀਮ ਅਥਾਰਟੀ ਹੈ ਸਾਡੀ ਸੁਪਰੀਮ ਅਦਾਲਤ ਹੈ ਉਹ ਹੁਕਮਾਂ ਨੂੰ ਸਾਨੂੰ ਇਦਾਹੀ ਹੁਕਮ ਮੰਨ ਕੇ ਸਾਨੂੰ ਉਸ ਚੀਜ਼ ਦੇ ਨਾਲ ਸਹਿਮਤ ਹੋਣਾ ਚਾਹੀਦਾ ਹੈ ਤੇ ਪੰਜਾਬ ਦੀ ਸ਼ਾਂਤੀ ਵਾਸਤੇ ਤੇ ਵੱਡੇ ਹਿੱਤਾਂ ਦੇ ਵਾਸਤੇ ਸਾਨੂੰ ਇਹ ਮਨਜ਼ੂਰੀ ਦੇਣਾ ਚਾਹੀਦਾ ਉਹ ਕਿ ਵੀ ਬਈ ਜੀ ਲਾਲਪੁਰਾ ਸਾਹਿਬ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਸਿੰਘ ਸਾਹਿਬਾਨ ਦਾ ਫੈਸਲਾ ਇਹਨਾਂ ਨੇ ਪੁਰਾਣੀ ਇਤਿਹਾਸ ਦੀਆਂ ਜਿਹੜੀਆਂ ਧਾਰਨਾ ਦੇ ਕੇ ਵੀ ਇਹ ਗੱਲ ਕਹੀ ਹੈ ਕਿ ਸਿੰਘ ਸਾਹਿਬਾਨ ਦਾ ਜਿਹੜਾ ਫੈਸਲਾ ਸਾਨੂੰ ਉਹਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਪਰ ਜਦਾਂ ਕਿ ਤੁਸੀਂ ਵੀ ਦੇਖ ਰਹੇ ਹੋ ਮੀਡੀਆ 'ਚ ਵੀ ਆ ਰਿਹਾ ਹਰ ਤਰ੍ਹਾਂ ਦੇ ਨਾਲ ਕਿਸ ਫੈਸਲੇ ਦਾ ਕੁਝ ਧਿਰਾਂ ਵੱਲੋਂ ਤਿੱਖਾ ਵਿਰੋਧ ਵੀ ਹੋ ਰਿਹਾ ਹੈ ਕਿ ਇਹ ਫੈਸਲਾ درست ਹੈ ਗੱਲ ਇਹ ਹੈ ਕਿ ਜਿੱਥੋਂ ਤੱਕ ਤਾਂ ਸਿੰਘ ਸਹਿਬਾਨ ਦੀ ਗੱਲ ਹੈ ਜੀ ਇਸ ਤਰ੍ਹਾਂ ਦੀ ਸੰਸਥਾ ਸਿੱਖਾਂ ਦੇ ਵਿੱਚ 21ਵੀਂ ਸਦੀ 20ਵੀਂ ਸਦੀ ਚ ਆਈ ਹੈ ਜੀ ਇਸ ਤੋਂ ਪਹਿਲਾਂ ਸਿੰਘ ਸਹਿਬਾਨ ਦੀ ਕੋਈ ਸੰਸਥਾ ਹੈ ਨਹੀਂ ਸੀ ਗੱਲ ਇਹ ਹੈ ਕਿ ਪੰਜ ਪਿਆਰਿਆਂ ਦੀ ਸੰਸਥਾ ਹਮ ਸਰਬਤ ਖਾਲਸੇ ਦੀ ਸੰਸਥਾ ਹਮ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਇਹ ਅਕਾਲ ਤਖਤ ਸਾਹਿਬ ਤੇ ਸਰਬਤ ਖਾਲਸਾ ਯਾ ਸੇ ਕੌਮ ਇਕੱਠੀ ਹੁੰਦੀ ਸੀ ਉਥੇ ਉਹ ਆਪਣੇ ਜੱਥੇਦਾਰ ਚੁਣਦੀ ਸੀ ਪੰਜ ਸਿੰਘ ਸਹਿਬਾਨ ਉਹ ਮੈਂਬਰਸ ਜਿਹੜੇ ਆ ਪੰਜ ਜਿਹੜੇ ਖਾਲਸਾ ਸੀ ਪੰਜ ਸਿੰਘ ਚੁਣਦੇ ਸੀ ਉਹ ਜਿਹੜਾ ਫੈਸਲਾ ਲੈਂਦੇ ਸੀ ਉਹਨੂੰ ਕੌਮ ਪਰਵਾਨ ਕਰਦੀ ਸੀ ਉਹ ਇਸ ਕਰਕੇ ਇਹ ਜਿਹੜਾ ਫੈਸਲਾ ਉਹ ਵੀ ਕੌਮ ਦੇ ਵਡੇਰੇ ਹਿੱਤ ਨੂੰ ਰੱਖ ਕੇ ਇਹਨੂੰ ਆਪਾਂ ਵਡੇਰਾ ਹਿੱਤ ਨਹੀਂ ਕਹਿ ਸਕਦੇ ਜਿਹੜੇ ਹਿੱਤ ਦੇ ਨਾਲ ਪਹਿਲੇ ਦੇ ਨਹੀਂ ਲੜਾਈ ਪੈ ਗਈ ਜੀ ਔਰ ਉਹ ਫੈਸਲਾ ਜਿਹੜਾ ਕੌਮ ਦੀ ਮੈਂ ਇਹ ਨਹੀਂ ਕਹਿ ਰਿਹਾ ਇੱਕ ਫੈਸਲਾ ਆਪਣੇ ਆਪ 'ਚ ਡਬਲ ਸਟੈਂਡਰਡ ਹੈ 2007 ਦੇ ਫੈਸਲੇ ਵਿੱਚ ਸਿੱਖ ਕੌਮ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਕਿਉਂਕਿ ਗੁਰਮੀਤ RAM ਰਹੀਮ ਨੇ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਾਗ ਰਚਿਆ ਜੀ ਜੀ ਔਰ ਉਸੇ ਤਰ੍ਹਾਂ ਜਾਮੇ ਇਨਸਾਂ ਪਿਆ ਕੇ ਜਿਹੜਾ ਅੰਮ੍ਰਿਤ ਛਕਾਉਣ ਦੀ ਜਿਹੜੀ ਸਾਡੀ ਪ੍ਰਥਾ ਸੀ ਉਹਦੀ ਕਾਪੀ ਕੀਤੀ ਹੈ ਤੇ ਇਸ ਕਰਕੇ ਇਹ ਦੋਸ਼ੀ ਹੈ ਜੀ ਇਹਦੇ ਨਾਲ ਮਿਲਨ ਵਰਤਨ ਸਿੱਖ ਕੌਮ ਨਾ ਰੱਖੇ ਹੁਣ ਉਹ ਕਹਿੰਦੇ ਆ ਕਿ ਉਹਨੇ ਇੱਕ ਸਪਸ਼ਟੀਕਰਨ ਭੇਜਿਆ ਓਕੇ ਕਿ ਮੈਂ ਇਸ ਤਰ੍ਹਾਂ ਦਾ ਸਮਾਂਗ ਰਚਾਣ ਦਾ ਹਿੰਮਤ ਹੀ ਨਹੀਂ ਕਰ ਸਕਦਾ ਜੀ ਜੀ ਇਹਦਾ ਮਤਲਬ ਹੈ ਜਿਹੜਾ ਪਹਿਲਾ ਫੈਸਲਾ ਸੀ 2007 'ਚ ਜਿਹਦੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਵੀ ਦਸਕਤ ਹੈ ਦੂਜੇ ਸਿੰਘਾਂ ਦੇ ਨਾਲ ਉਹ ਫੈਸਲਾ ਗਲਤ ਸੀ ਹਮ ਉਹ ਫੈਸਲਾ ਉਹਨਾਂ ਨੇ ਵਿਦਾਊਟ ਵੈਰੀਫਿਕੇਸ਼ਨ ਕਰ ਦਿੱਤਾ ਬਿਨਾਂ ਸੋਚੇ ਸਮਝੇ ਉਹ ਦੋਵੇਂ ਲਾਲਪੁਰਾ ਸਾਹਿਬ ਗੈਨੀ ਗਰਵਜਨ ਸਿੰਘ ਉਸ ਫੈਸਲੇ 'ਚ ਸ਼ਾਮਲ ਸੀ ਯੈਸ ਜੀ ਤਾਂ ਉਹ ਫੈਸਲਾ ਜਿਹੜਾ ਹੈ ਦੇਖੋ ਅੱਜ ਜਿਹੜਾ ਗੱਲ ਰਾਮ ਬ੍ਰਹੀਮ ਸਿੰਘ ਨੂੰ ਮਾਫ ਕਰਨ ਦੀ ਨਹੀਂ ਹੈਗੀ ਗੱਲ ਹੈ ਕਿ ਇਹ ਕੋਈ ਨਵੀਂ ਰਵਾਇਤ ਜਿਹੜੀ ਹੈ ਨਾ ਐਸੀ ਨਹੀਂ ਪੈਣੀ ਚਾਹੀਦੀ ਜਿਹਦੇ ਨਾਲ ਪਾਰਦਰਸ਼ਤਾ ਦੇ ਢੰਗ ਨਾਲ ਫੈਸਲਾ ਹੋਵੇ ਉਹ ਕਿਉਂਕਿ ਲਾਲਪੁਰਾ ਮੈਂ ਉਹਨਾਂ ਤੁਹਾਡੇ ਵੱਲ ਜਿਹੜਾ ਹੈਗਾ ਦੁਬਾਰਾ ਇਸ ਮੁੱਦੇ ਦੇ ਉੱਤੇ ਪ레스ਰ ਜਿਹੜਾ ਜੋ ਕੋ ਸਾਹਮਣੇ ਆਇਆ ਬੀਿੰਗ ਅ ਜਰਨਲਿਸਟ ਜੇ ਮੈਂ ਸਿੱਧੇ ਤੌਰ ਤੇ ਗੱਲ ਕਰਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਸਿੱਧੂ ਸਾਹਿਬ ਜਿਹੜੇ ਗੱਲੇ ਕਹਿੰਦੇ ਨੇ ਵੀ ਲਾਰਜਰ ਇੰਟਰਸਟ ਜਿਹੜਾ ਕਹਿੰਦੇ ਪੰਜਾਬ ਦੀ ਸ਼ਾਂਤੀ ਵਾਸਤੇ ਪੰਜਾਬ ਦੀ ਸ਼ਾਂਤੀ ਨੂੰ ਪਹਿਲੀ ਗੱਲ ਜਿਹੜਾ 2007 ਦੇ ਵਿੱਚ ਜਿਹੜੇ ਇਹ ਇਨਸੀਡੈਂਟ ਹੋਏ ਉਸ ਵੇਲੇ ਤਾਂ ਪੰਜਾਬ ਦੀ ਸ਼ਾਂਤੀ ਨੂੰ ਇਹ ਜਿਹੜਾ ਦੋਨਾਂ ਜਿਹੜਾ ਸੀਗਾ ਡੇਰਾ ਸੱਚਾ ਸਾਦਾ ਔਰ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਆਪਸ ਜਿਹੜੇ ਫਰਕ ਸੀਗੇ ਉਸ ਵੇਲੇ ਤਾਂ ਪੰਜਾਬ ਦੀ ਸ਼ਾਂਤੀ ਨੂੰ ਉਹ ਬੇਸ਼ੱਕ ਖਤਰਾ ਸੀ ਤੇ ਉਹ ਇੱਕ ਲੈਵਲ ਦੇ ਉੱਤੇ ਹੁਣ ਠੰਡਾ ਪੈ ਚੁੱਕਿਆ ਸੀ ਇਸ ਵੇਲੇ ਜਿਹੜੀ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਜਿਹੜਾ ਜਿਹੜਾ ਹੈਗਾ ਖਤਰਾ ਉਹ ਇਹ ਹੈ ਕਿ ਕਿਸਾਨ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਐਜੀਟੇਟਡ ਹੈ ਕਿ ਉਹ ਜਿਸ ਤਰ੍ਹਾਂ ਨਰਮਾਇ ਦੀ ਤਬਾਹੀ ਹੋਈ ਹੈ ਔਰ ਜਿਸ ਤਰ੍ਹਾਂ ਹੋਰ ਜਿਹੜੀ ਹੈਗੀ ਆ ਲੈਵਲ ਦੇ ਉੱਤੇ ਡਿਮੋਨਸਟ੍ਰੇਸ਼ਨਸ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਉਹ ਪੰਜਾਬ ਦੀ ਸ਼ਾਂਤੀ ਨੂੰ ਤਾਂ ਉੱਥੋਂ ਖਤਰਾ ਔਰ 올 ਆਫ ਅ ਸੱਡਨ ਇਹ ਲੈ ਆ ਕੇ ਚੀਜ਼ ਸਾਹਮਣੇ ਕਰਕੇ ਜਦੋਂ ਪੰਜਾਬ ਦੇ ਵਿੱਚ ਕਿਸੇ ਲੈਵਲ ਤੇ ਡਿਮਾਂਡ ਹੀ ਨਹੀਂ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬੇਸ਼ੱਕ ਉਹਨਾਂ ਨੇ ਬੈਠ ਕੇ ਕੋਈ ਫੈਸਲਾ ਲਿਆ ਹੋਣਾ ਸਭ ਕਿ ਜਿਹੜੀ ਨਾ ਤਾਂ ਜਿਹੜਾ ਸੀਗਾ ਡੇਰਾ ਸੱਚਾ ਸੌਦਾ ਵੱਲੋਂ ਕੋਈ ਡਿਮਾਂਡ ਸੀਗੀ ਬਈ ਇਹਨੂੰ ਰਿਜ਼ੋਲਵ ਕੀਤਾ ਜਾਵੇ। ਨਾ ਹੀ ਕਿਸੇ ਜਿਹੜੀਆਂ ਫਰੰਟਲਾਈਨ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਜ਼ ਨੇ ਉਹਨਾਂ ਵੱਲੋਂ ਕੋਈ ਡਿਮਾਂਡ ਸੀ ਕਿ ਇਹ ਇਸ ਨੂੰ ਰਿਜ਼ੋਲਵ ਕੀਤਾ ਜਾਵੇ। ਅਗੰਦੇਸ ਸਾਹਿਬ ਇੱਕ ਗੱਲ ਤਾਂ ਹੈ ਹੀ ਸੀ ਕਿ ਜਦੋਂ ਤੁਸੀਂ ਕਹੇ ਕਿ ਉਹਨਾਂ ਵੱਲੋਂ ਕੋਈ ਡਿਮਾਂਡ ਨਹੀਂ ਸੀ ਜਦੋਂ ਉਹਨਾਂ ਨੇ ਜਿਹੜੀ ਕਿ ਫਿਲਮ ਬਾਬੇ ਦੀ ਜਾਰੀ ਕਰਨੀ ਸੀ ਹੋਰ ਕੋਈ ਇਸ਼ੂ ਸੀ ਉਹ ਪੰਜਾਹ ਚ ਜਾਰੀ ਨਹੀਂ ਸੀ ਹੋ ਰਿਹਾ ਉਹਨਾਂ ਦੇ ਕੋਈ ਸਤਸੰਗਾਂ ਦੀਆਂ ਸਮੱਸਿਆਵਾਂ ਆ ਰਹੀਆਂ ਸੀ। ਮੇਬੀ ਇਹ ਮੁਸ਼ਕਲਾਂ ਵੀ ਹੋਣ ਜਿਹਦੇ ਕਰਕੇ ਉਹਨਾਂ ਨੇ ਕੋਈ ਇਸ ਮੁੱਦੇ ਦੇ ਉੱਤੇ ਸੈਂਟੀ ਬਣਾਈ ਹੋਈ। ਮਹਿੰਦਰ ਸਾਹਿਬ ਨੇ ਗੱਲ ਕੀਤੀ ਹੈ ਕਿ ਇਸ ਮੁੱਦੇ ਤੋਂ ਹੁਣ ਕੋਈ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਨਹੀਂ ਸੀ ਪਰ ਆਪਾਂ ਦੇਖ ਰਹੇ ਸੀ ਕਿ ਪਿਛਲੇ ਕਿੰਨੇ ਦਿਨਾਂ ਤੋਂ ਕਿੰਨੀਆਂ ਸਾਰੀਆਂ ਟ੍ਰੇਨਾਂ ਦੇ ਅੱਗੇ ਉਹ ਸੱਚੇ ਸੌਦੇ ਵਾਲੇ ਪਏ ਸੀ ਉਹ ਟ੍ਰੇਨਾਂ ਅਸਤ ਬਿਆਸਤ ਸਾਰਾ ਸਿਸਟਮ ਇੱਕ ਕਿਸਮ ਦਾ ਹੋ ਗਿਆ ਸੀ ਕਿਤੇ ਨਾ ਕਿਤੇ ਉਹ ਗੱਲ ਸੀ ਸ਼ਾਂਤੀ ਦੀ ਜਿਹੜੀ ਗੱਲ ਹੈ ਉਹਨੂੰ ਨੁਕਸਾਨ ਹੋ ਰਿਹਾ ਸੀ 노 ਡਾਊਟ ਕਿਸਾਨਾਂ ਦੀ ਜਿਹੜੀ ਗੱਲ ਹੈ ਉਹ ਹੈਗੀ ਹੈ ਬਹੁਤ ਵੱਡਾ ਮੁੱਦਾ ਹੈ ਪਰ ਉਹ ਉਹਦੇ ਨਾਲ ਵੀ ਸ਼ਾਂਤੀ ਭੰਗ ਹੋ ਰਹੀ ਹੈ ਪਰ ਨਾਲ ਦੀ ਨਾਲ ਇਹ ਜਿਹੜਾ ਮੁੱਦਾ ਸੀ ਇਹਦੇ ਨਾਲ ਵੀ ਸ਼ਾਂਤੀ ਨੂੰ ਖਤਰਾ ਸੀ ਸੋ ਕਿਤੇ ਨਾ ਕਿਤੇ ਜਾ ਕੇ ਸਾਨੂੰ ਸਮੱਸਿਆਵਾਂ ਦਾ ਹੱਲ ਕਰਨਾ ਪੈਂਦਾ ਹੈ ਸੋ ਇੱਕ ਮੈਂ ਸਮਝਦਾ ਕਿ ਬਿਲਕੁਲ ਰਾਈਟ ਟਾਈਮ ਸੀ ਜਦੋਂ ਸਿੰਘ ਸਾਹਿਬਾਨ ਨੇ ਇਹ ਫੈਸਲਾ ਲਿਆ ਔਰ ਸਾਨੂੰ ਮੇਰੇ ਖਿਆਲ ਸੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਸਾਨੂੰ ਐਕਸੈਪਟ ਕਰਨਾ ਨਹੀਂ ਇਹਨਾਂ ਨੇ ਤਾਂ ਕਿਹਾ ਕਿ ਵੀ ਜ਼ਰੂਰੀ ਸੀ ਕਿ ਪੰਜਾਬ ਦੇ ਅੰਦਰ ਜਿੱਦਾਂ ਦਾ ਮਾਹੌਲ ਬਣਿਆ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵੀ ਬੀਬੀ ਨੇ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਹੋਰ ਵੀ ਫਿਲਮਾਂ ਬਹੁਤ ਸਾਰੀਆਂ ਬੈਨ ਹੁੰਦੀਆਂ ਹਨ ਉਹਨਾਂ ਦੇ ਉੱਤੇ ਵੀ ਡਿਮੋਨਸਟ੍ਰੇਸ਼ਨਸ ਹੁੰਦੇ ਨੇ ਪੰਜਾਬ ਦੀਆਂ ਜਿਹੜੀਆਂ ਰੇਲਾਂ ਜਿਹੜੀਆਂ ਬੰਦ ਕੀਤੀਆਂ ਜਾਂਦੀਆਂ ਨੇ ਉਹ ਹੋਰ ਮੁੱਦਿਆਂ ਦੇ ਉੱਪਰ ਵੀ ਬੰਦ ਹੁੰਦੀਆਂ ਨੇ ਇੱਕ ਪ੍ਰੋਟੈਸਟ ਦਾ ਸਿਸਟਮ ਹੈ ਜੀ ਜੀ ਡੇਰਾ ਸੱਚਾ ਸੌਦਾ ਦੇ ਜਿਹੜੇ ਮੈਂ ਉਹ ਜਿਹੜੇ ਉਹਨਾਂ ਦੇ ਫਾਲੋਅਰਸ ਨੇ ਉਹਨਾਂ ਦਾ ਇਹ ਹੈਗਾ ਕਿ ਸਾਡੀ ਉਹ ਫਿਲਮ ਚੱਲਣੀ ਚਾਹੀਦੀ ਹੈ ਇਹ ਗੱਲ ਦੂਜੀ ਇੱਕ ਹੋਰ ਜਿਹੜੀ ਹੈਗੀ ਨਵੀਂ ਜਿਹੜੀ ਨਵੀਂ ਡਾਈਮੈਂਸ਼ਨ ਬਣਦੀ ਹੈ ਡਿਬੇਟ ਨੂੰ ਕਿ ਕੀ ਇੱਕ ਰਿਲੀਜੀਅਸ ਹੈਡ ਹੁਣ ਸੀਰੀਅਲ ਤੌਰ ਦੇ ਉੱਤੇ ਫਿਲਮਾਂ ਬਣਾਉਣੀਆਂ ਸ਼ੁਰੂ ਕਰਨ ਉਹ ਗੱਲ ਹੀ ਦੂਸਰੀ ਆਪਾਂ ਹੋਰ ਉਸ ਦੇ ਉੱਪਰ ਵੀ ਜਾ ਸਕਦੇ ਜਿਹੜੇ ਇਹਨਾਂ ਨੇ ਕਹਿਣਾ ਕਿ ਟ੍ਰ ਪਰ ਇਹਨਾਂ ਜਿਹੜੇ ਪ੍ਰੋਟੈਸਟ ਉਹ ਚੁੱਪ ਕਰਕੇ ਬੈਠੇ ਸੀ ਕਿਸਾਨ ਤਾਂ ਉੱਥੇ ਮਰੇ ਨੇ ਕਈ ਵਾਰੀ ਤੁਸੀਂ ਤੁਹਾਡੇ ਸਾਹਮਣੇ ਜੰਡਿਆਲੇ ਦੇ ਉੱਤੇ ਕਿੰਨੀ ਵਾਰੀ ਕਿਸਾਨਾਂ ਦੇ ਉੱਤੇ ਉੱਥੇ ਲਾਠੀ ਚਾਰੀ ਤੱਕ ਹੁੰਦੇ ਰਹੇ ਪ੍ਰੋਟੈਸਟ ਦਾ ਜਿਹੜਾ ਹੈਗਾ ਬੇਸਿਕਲੀ ਜਿਹੜੀ ਹੈਗੀ ਆ ਤੁਹਾਡੀ ਇਕਨੋਮਿਕ ਜਿਹੜੀ ਡਿਸਟ्रेस ਜਿਹੜਾ ਡਿਸਟ्रेस ਹੈਗਾ ਮੇਰੇ ਹਿਸਾਬ ਦੇ ਨਾਲ ਐਸੋੜੇ ਜਿਹੜੀ ਪੋਲੀਟੀਕਲ 엘ੀਟ ਹੈ ਪੰਜਾਬ ਦੀ ਉਹਨਾਂ ਨੇ ਆਪਣੀ ਸਿਚੁਏਸ਼ਨ ਯੂਜ਼ ਕੀਤੀ ਹੈ ਕਿ ਜਿਹੜਾ ਇੱਕ ਲੈਵਲ ਦੇ ਉੱਤੇ ਜਿਹੜਾ ਸੋਸ਼ਲ ਔਰ ਜਿਹੜਾ ਹੈਗਾ ਇੱਕ ਜਿਹੜਾ ਜਿਹੜੀ ਸਪੈਸ਼ਲੀ ਜਿਹੜੀ ਕਿਸਾਨਾਂ ਚ ਅੰਡਰਰੈਸਟ ਹੈਗੀ ਹੈ ਉਹਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਮੈਂ ਮੈਂ ਉਹਦੇ ਵਿੱਚ ਉਹਨੂੰ ਕਹਿਣ ਦੇ ਵਿੱਚ ਮੈਂ ਇਹਨੂੰ ਗੁਰੇਜ਼ ਨਹੀਂ ਕਰੂੰਗਾ ਕਿ ਤੁਸੀਂ ਇਹ ਦੇਖੋ ਉਸੇ ਦਿਨ ਤੋਂ ਜਿਹੜੇ ਕਿਸਾਨਾਂ ਦੇ ਜਿਹੜੇ ਪ੍ਰੋਟੈਸਟ ਨੇ ਉਹਨਾਂ ਦੀਆਂ ਖਬਰਾਂ ਕਿ ਕਿਹੜੇ ਹਾਸ਼ੀਏ ਤੇ ਚਲੇ ਗਈ ਓਕੇ ਓਕੇ ਬਿਲਕੁਲ ਬਿਲਕੁਲ ਪੰਦੇਸਰ ਮੈਂ ਬ੍ਰੇਕ ਤੋਂ ਪਹਿਲਾਂ ਲਾਲਪਸਰ ਤੁਹਾਡੇ ਕੋਲੋਂ ਜ਼ਰੂਰ ਲੈਣੇ ਚਾਹਾਂਗੇ ਇਸ ਮੁੱਦੇ ਤੇ ਪੰ ਛੇ ਦੇ ਇਸ ਕਰਕੇ ਕਿ ਕਿਸਾਨੀ ਦਾ ਬਹੁਤ ਵੱਡਾ ਮੁੱਦਾ ਸੀ ਉਧਰ ਡਾਇਵਰਟ ਕਰਨ ਦੇ ਲਈ ਵੀ ਇਹ ਪਚਾਲ ਹੋ ਸਕਦੀ ਦੇਖੋ ਮੁੱਦੇ ਤਾਂ ਪੰਜਾਬ 'ਚ ਬਹੁਤ ਸਾਰੇ ਨੇ ਜੋ ਪੰதேਰ ਸਾਹਿਬ ਨੇ ਗਏ ਲੇਕਿਨ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਕਰਨੀ ਚਾਹੁੰਦਾ ਸਿੱਖ ਸਿਧਾਂਤ ਦੀ ਜੀ ਜਿਹੜਾ ਸਿੱਖ ਸਿਧਾਂਤ ਨੂੰ ਇਸ ਫੈਸਲੇ ਨੇ ਬਹੁਤ ਵੱਡੀ ਛੱਟ ਮਾਰੀ ਹੈ ਪਹਿਲੀ ਗੱਲ ਤਾਂ ਜਿਹੜਾ ਉਹ ਲੈਟਰ ਆਇਆ ਉਹਦੇ ਤੇ ਡੇਟ ਹੀ ਨਹੀਂ 24 ਨਵੰਬਰ ਨੂੰ ਸਿੰਘ ਸਾਹਿਬ ਨੇ ਫੈਸਲਾ ਕੀਤਾ ਲੇਕਿਨ ਉਹਨਾਂ ਕੋਲ ਉਹ ਚਿੱਠੀ ਕਦੋਂ ਆਈ ਉਸ ਚਿੱਠੀ ਦੇ ਉੱਤੇ ਤਰੀਕ ਹੀ ਕੋਈ ਨਹੀਂ ਪਾਈ ਗਈ ਇਹ ਚਿੱਠੀ ਇਸ ਤੋਂ ਪਹਿਲਾਂ ਵੀ ਆਈ ਸੀ ਔਰ ਮੈਂ ਇਹ ਚਿੱਠੀ ਆਪ ਵੀ ਵੇਖੀ ਸੀ ਗਿਆਨੀ जोगਿੰਦਰ ਸਿੰਘ ਵਿਦਵਾਨਤੀ ਕੋ ਜੀ ਤੇ ਇਹ ਚਿੱਠੀ ਨੂੰ ਪਹਿਲਾਂ ਰਿਜੈਕਟ ਕੀਤਾ ਗਿਆ ਕਿਉਂਕਿ ਇਹਦੇ ਵਿੱਚ ਮਾਫੀ ਨਾਵਾ ਨਹੀਂ ਹੈਗਾ ਇਹਦੇ ਵਿੱਚ ਆਪਣੇ ਕੀਤੇ ਤੇ ਪਛਤਾਵਾ ਨਹੀਂ ਹੈਗਾ ਨਹੀਂ ਉਸ ਚਿੱਠੀ ਵੀ ਮੈਂ ਇੱਕ ਗੱਲ ਜ਼ਰੂਰ ਕਲੈਰੀਫਾਈ ਕਰਨਾ ਚਾਹਾਂਗੀ ਜੋ ਪਹਿਲਾ ਚਿੱਠੀ ਆਈ ਸੀ ਉਹ ਇਸ ਸਾਧ ਵੱਲੋਂ ਨਹੀਂ ਸੀ ਰਾਮ ਰਹੀਮ ਵੱਲੋਂ ਉਹ ਉਹ ਇੱਕ ਜੋ ਰਾਜਨੀਤਿਕ ਵਿੰਗ ਹੈ ਉਸ ਉਹਦੇ ਵੱਲੋਂ ਸੀ ਉਹ ਉਹਦੇ ਵੱਲੋਂ ਇੱਕ ਅਪੀਲ ਸੀ ਕਿਸਮ ਦੀ ਨਹੀਂ ਨਹੀਂ ਉਹ ਰਾਜਨੀਤਿਕ ਉਹ ਰਾਜਨੀਤਿਕ ਨਹੀਂ ਨਹੀਂ ਮੈਂ ਆਪਣੇ ਅੱਖੀਂ ਵੇਖੀ ਹੈ ਇਹੀ ਉਹਦੀ ਵਰਡਿੰਗ ਸੀ ਔਰ ਇਹ ਮੁਹਾਲੀ ਚ ਲਿਖੀ ਗਈ ਸੀ ਮੈਨੂੰ ਸਾਰਾ ਕੁਝ ਪਤਾ ਕਿਉਂਕਿ ਮੈਂ ਉਸ ਵੇਲੇ ਸਰਵਿਸ ਸੀਗਾ ਔਰ ਇਹ ਚਾਹੁੰਦੇ ਸੀ ਕਿ ਗਿਆਨੀ ਜਗਿੰਦਰ ਸਿੰਘ ਵਿਦਾਂਤੀ ਦੇ ਰਾਹੀਂ ਇਹ ਲਾਗੂ ਹੋ ਜਾਏ ਕਿਉਂਕਿ ਮੈਂ ਵੀ ਅੰਮ੍ਰਿਤਸਰ ਪੋਸਟਡ ਸੀਗਾ ਅਸੀਂ ਉਹਨੂੰ ਦੇਖਿਆ ਮੈਂ ਸਿੱਖ ਧਰਮ ਦੇ ਸੂਲਾਂ ਬਾਰੇ ਨੀਮਾਂ ਬਾਰੇ ਜਾਣੂ ਹੋਣ ਦੇ ਨਾਤੇ ਉਹਨਾਂ ਨੂੰ ਸੁਝਾਅ ਦਿੱਤਾ ਸੀ ਕਿ ਇਹ ਤੁਹਾਡੇ ਇਸ ਵੇਲੇ ਕਰਨ ਨਾਲ ਸਿੱਖ ਕੌਮ ਦੇ ਸਿਧਾਂਤ ਨੂੰ ਛੱਟ ਵਜੇਗੀ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ ਕਿ ਡੇਰਾ ਸੱਚਾ ਸੋਧਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਹੈ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਚੁਏਸ਼ਨ ਪੰਜਾਬ ਦੇ ਅੰਦਰ ਬਣੀ ਹੈ ਇਹਨਾਂ ਮੁੱਦਿਆਂ ਤੇ ਸਵਾਲ ਕਰਾਂਗੇ ਬ੍ਰੇਕ ਦੇ ਬਾਅਦ ਆਪ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਬ੍ਰੇਕ ਤੋਂ ਪਹਿਲਾਂ ਆਪਾਂ ਜਿਹਦਾ ਚਰਚਾ ਕਰੇ ਸੀ ਜਿਹਨਾਂ ਮੁੱਦਿਆਂ ਦੇ ਲੈ ਕੇ ਉਹਨਾਂ ਚਰਚਾ ਨੂੰ ਜਾਰੀ ਰੱਖਦੇ ਆਂ ਵਿਵੇ ਜਿੱਦਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਇਸ ਮੁੱਦੇ ਤੇ ਗੱਲ ਕਰ ਰਹੇ ਸੀ ਕਿ ਜਦੋਂ ਇਦਾਂ ਦਾ ਟਕਰਾਅ ਪੈਦਾ ਹੁੰਦਾ ਉਹਦੇ ਨਾਲ ਨੁਕਸਾਨ ਵੀ ਹੁੰਦੇ ਕਿ ਇਹ ਵੀ ਸਵਾਲ ਉੱਪਰ ਕੇ ਆ ਰਿਹਾ ਜਿਹੜਾ ਬ੍ਰੇਕ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਜਿਹੜੀ ਗੱਲ 2007 'ਚ ਕੀਤੀ ਜਾ ਸਕਦੀ ਸੀ ਹੁਣ ਆਪਾਂ 15 'ਚ ਕਰ ਰਹੇ ਆਂ ਇਹਨੇ ਸਾਲ ਇੱਕ ਨਫਰਤ ਪੈਦਾ ਕਰਨ ਤੋਂ ਬਾਅਦ ਫਿਰ ਇਹ ਜਾਂ ਤਾਂ ਉਦੋਂ ਹੀ ਜਿੱਦਾਂ ਲਾਲ ਬਰਾਜ ਨੇ ਸਵਾਲ ਉਠਾਇਆ ਕਿ ਵੀ ਜਾਂਦਾ ਤੁਸੀਂ ਉਦੋਂ ਠੀਕ ਸੀ ਜਾਂ ਹੁਣ ਠੀਕ ਦੋਨਾਂ ਚ ਇੱਕ ਮਾਰਾ ਨਹੀਂ ਹੁਣ ਵੀ ਨਾ ਹੁੰਦਾ ਫਿਰ ਕਿਤੇ ਨਾ ਕਿਤੇ ਨਾ ਇਹ ਕਰਨਾ ਪੈਣਾ ਸੀ 4 ਸਾਲਾਂ ਬਾਅਦ ਕਰਦੇ ਸਵਾਲ ਮੁੱਦਾ ਤਾਂ ਫਿਰ ਵੀ ਇਹੀ ਆਣਾ ਸੀ ਨਾ ਜੀ ਪਿਛਲੀ ਗੱਲ ਨੂੰ ਆਪਾਂ ਛੱਡਦੀ ਆਪਾਂ ਹਮੇਸ਼ਾ ਹੀ ਸਿੱਖ ਕੌਮ ਹੈ ਔਰ ਪੰਜਾਬੀਆਂ ਦੀ ਆਪਾਂ ਗੱਲ ਕਰਦੀ ਆਏ ਚੜ੍ਹਦੀ ਕਲਾ ਦੀ ਗੱਲ ਕਰਦੇ ਆਪਾਂ ਪਿਛਲੀ ਗੱਲ ਨੂੰ ਛੱਡਦੀਏ ਅੱਗੇ ਦਾ ਆਪਾਂ ਜੇਕਰ ਅੱਗਾ ਸੁਧਾਰ ਸਕਦੇ ਆ ਤਾਂ ਉਹਦੇ 'ਚ ਕੋਈ ਫੈਸਲਾ ਕੋਈ ਇਸ ਤਰ੍ਹਾਂ ਦਾ ਹੁੰਦਾ ਹੈ ਕਈ ਵਾਰਾ ਕੌੜਾ ਵੀ ਲੱਗਦਾ ਫੈਸਲਾ ਪਰ ਜੇਕਰ ਉਹ ਵੱਡੇ ਹਿੱਤਾਂ ਵਾਸਤੇ ਆ ਤਾਂ ਉਹਦੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਜਦੋਂ ਵੀ ਟਕਰਾਅ ਹੁੰਦਾ ਹੈ ਲੀਡਰ ਭਾਵੇਂ ਚਾਹੇ ਉਸ ਵਿੱਚ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਆਂ ਚਾਹੇ ਦੂਜੀ ਧਿਰ ਹੈ ਕੋਈ ਵੀ ਹੈ ਉਹਨਾਂ ਲੋਕਾਂ ਨੇ ਸਿਰਫ ਰੋਟੀਆਂ ਸੇਕਣੀਆਂ ਹੁੰਦੀਆਂ ਹੁਣ ਵੀ ਸੇਕੀਆਂ ਜਾ ਰਹੀਆਂ ਨੇ ਤੇ ਸਵਾਲ ਇਹ ਹੁੰਦਾ ਹੈ ਕਿ ਅਸੀਂ ਆਪਣੀ એનર્ਜੀ ਇਸ ਗੱਲ ਤੇ ਕਿਉਂ ਵੇਸਟ ਕਰੀਏ ਕਿ ਇਹ ਫੈਸਲਾ ਠੀਕ ਹੈ ਗਲਤ ਹੈ ਜੋ ਫੈਸਲਾ ਹੋ ਗਿਆ ਹਾਲਾਂਕਿ ਹੁਣ ਸਿੰਘ ਸਿੰਘ ਸਹਿਬਾਨ ਨੇ ਕਦ ਫੈਸਲਾ ਕੀਤਾ ਹੈ ਕਿ ਇੱਕ ਨਜ਼ਰਸਾਨੀ ਕਮੇਟੀ ਵੀ ਬਿਠਾਈ ਜਾਊਗੀ ਉਹਦੇ ਨਾਲ ਵਿਦਵਾਨਾਂ ਦੀ ਕਿਉਂਕਿ ਬੀਬੀ ਜੀ ਸੀ ਮੈਂ ਨਜ਼ਰਸਾਨੀ ਦੇ ਮੁੱਦੇ ਤੇ ਮਾਫ ਕਰਨਾ ਤੁਹਾਨੂੰ ਵਿਚੋਂ ਟੋਕੇ ਗੱਲ ਕਰ ਰਿਹਾ ਹਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ 2007 ਦੇ ਵਿੱਚ ਜਦੋਂ ਲਾਲਪ੍ਰੇਮ ਨੇ ਇਸ਼ੂ ਰੇਜ਼ ਕੀਤੇ ਦੇਖੋ ਉਦੋਂ ਵੀ ਕਈ ਲੋਕ ਕਹਿੰਦੇ ਫਿਰ ਉਸ ਵੇਲੇ ਵੀ ਰਾਸੀ ਰੋਟੀਆਂ ਸੇਕਣ ਦੀ ਗੱਲ ਹੋ ਸਕਦੀ ਹੈ ਜੇ ਹੁਣ ਹੋ ਸਕਦੀ ਹੈ ਉਦੋਂ ਜਦੋਂ ਪੰਦੇਸਾ ਨੇ ਇਸ਼ ਉਸ ਵੇਲੇ ਵੀ ਜੇ ਇਨਾਸ਼ਾ ਇਸ ਤਰ੍ਹਾਂ ਦਾ ਨਾ ਕੀਤਾ ਤਾਂ ਆ ਇਨਾ ਵਾਵੇਲਾ ਖੜਾ ਹੋਣਾ ਹੀ ਨਹੀਂ ਸੀ ਬਿਲਕੁਲ ਨਾ ਹੁੰਦਾ ਪਰ ਕਦੇ ਕਦੇ ਨਾ ਕਦੇ ਤਾਂ ਸਾਨੂੰ ਇਸ ਮੁੱਦੇ ਤੇ ਸੋਚਣਾ ਪੈਣਾ ਸੀ ਕਿਉਂਕਿ ਬੜਾ ਸੀਰੀਅਸ ਮੁੱਦਾ ਹੈ ਸਾਡੇ ਅਸੀਂ ਇਸ ਗੱਲ ਪਾਸੇ ਕਿਉਂ ਨਹੀਂ ਸੋਚਦੇ ਵਿੱਚ ਮੈਂ ਆਪਣੇ ਆਪ ਨੂੰ ਐਸਜੀਪੀਸੀ ਨੂੰ ਵੀ ਮੈਂ ਦੋਸ਼ੀ ਮੰਨਦੀ ਆ ਕਿ ਇਹ ਡੇਰਾਵਾਦ ਕਿਉਂ ਪ੍ਰਫੁੱਲਤ ਹੋ ਰਹੇ ਨੇ ਸਾਡੇ ਤੁਸੀਂ ਮੈਂ ਇੱਕ ਗੱਲ ਮੈਂ ਥੋੜੀ ਜਿਹੀ ਮੇਰੀ ਗੱਲ ਸੁਣ ਲਓ ਜੀ ਕੇ ਜਿੰਨੇ ਵੀ ਡੇਰੇ ਗੱਲ ਸਿਰਫ ਸੱਚਾ ਸੌਦਾ ਦੀ ਗੱਲ ਨਹੀਂ ਹੋਰ ਡੇਰੇ ਵੀ ਨੇ ਮੈਂ ਮੇਰੇ ਕੋਲੇ ਅੰਕੜੇ ਨਹੀਂ ਪਰ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਬਹੁ ਗਿਣਤੀ ਜਿਹੜੇ ਉਹਨਾਂ ਦੇ ਸ਼ਰਧਾਲੂ ਨੇ ਉਹ ਸਿੱਖ ਨੇ ਸਾਡੇ ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰੇ ਨੂੰ ਛੱਡ ਕੇ ਉਹਨਾਂ ਡੇਰਿਆਂ ਵੱਲ ਕਿਉਂ ਜਾ ਰਹੇ ਅਸੀਂ ਆਪਣੇ ਨਾਮ ਦੀ ਜੀ ਜੀ ਬਿਲਕੁਲ ਬੜਾ ਇੰਪੋਰਟੈਂਟ ਹੈ ਮੈਂ ਡੇਰਿਆਂ ਦੇ ਮੁੱਦੇ ਤੇ ਲੱਗਦਾ ਮੈਂ ਮੈਂ ਡੇਰਾਂ ਦੇ ਮੁੱਦੇ ਤੇ ਹੋਣਾ ਪਰ ਮੈਂ ਇਸੇ ਇਸ਼ੂ ਦੇ ਉੱਤੇ ਗੱਲ ਕੰਟੀਨਿਊ ਰੱਖਣੀ ਚਾਹੁੰਨਾ ਹੈ ਜੀ ਉਹ ਇਹ ਕਿ ਜਿੱਦਾਂ ਇਹਨਾਂ ਨੇ ਕਿਹਾ ਵੀ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਾ ਕੇ ਤਾਂ ਇਹ ਆਖਰੇ ਮਾਮਲਾ ਨਿਪਟਾਇਆ ਹੀ ਜਾਣਾ ਚਾਹੀਦਾ ਸੀ ਜੇ ਹੁਣ ਵੀ ਨਿਪਟਾਇਆ ਗਿਆ ਤੇ ਇਹ ਕਹਿੰਦੇ ਦਰੁਸਤ ਨਿਪਟਾਇਆ ਗਿਆ ਨਹੀਂ ਜੀ ਇਹ ਬਿਲਕੁਲ ਗਲਤ ਨਿਪਟਾਇਆ ਗਿਆ ਮੈਂ ਤੁਹਾਨੂੰ ਬੇਨਤੀ ਕਰਦਾ ਜਿੱਥੋਂ ਤੱਕ ਸਿੱਖ ਸਿਧਾਂਤ ਦੀ ਗੱਲ ਹੈ ਜੇਕਰ ਅਸੀਂ ਸਿਧਾਂਤ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਲਾ ਕਰਦੇ ਹਾਂ ਤਾਂ ਹਮੇਸ਼ਾ ਸਾਡੇ ਨੁਕਸਾਨਦੇ ਹੁੰਦਾ ਜਿਸ ਵੇਲੇ ਪੰਜਾਬ ਦਾ ਰਜੀਵ ਲੌਂਗਵਾਲ ਰਿਕਾਰਡ ਹੋਇਆ ਸੀ ਜਨਵਰੀ 1986 ਦੇ ਵਿੱਚ ਇਹਨਾਂ ਨੇ ਜਿਹੜਾ ਇਹ ਕੀਤਾ ਸੀ ਕਿ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇ ਦੇਾਂਗੇ ਕਰ ਦੇਾਂਗੇ ਇਸੇ ਤਰ੍ਹਾਂ ਦੇ ਮੁੱਦੇ ਨੂੰ ਲੈ ਕੇ ਸਤੰਬਰ 85 ਦੇ ਵਿੱਚ ਫੈਡਰੇਸ਼ਨ ਤੇ ਦੂਜੀਆਂ ਸੰਸਥਾਵਾਂ ਨੇ ਇੱਕ ਸਰਵਤ ਖਾਲਸਾ ਅਕਾਲ ਤਖਤ ਤੇ ਸੱਦਿਆ ਸੀ ਓਕੇ ਔਰ ਉਹਦੇ ਵਿੱਚ ਇਹ ਫੈਸਲਾ ਹੋਇਆ ਸੀ ਇਹ ਅਕਾਲ ਤਖਤ ਠਾ ਦਿੱਤਾ ਜਾਵੇ ਦੁਬਾਰਾ ਜਿਹੜਾ ਬਣਾਇਆ ਹੋਇਆ ਔਰ ਨਵੇਂ ਸਿੰਘ ਸਾਹਿਬਾਨ ਲਾ ਦਿੱਤੇ ਜਾਣ ਉਹੀ ਵਿਅਕਤੀ ਜਿਨ੍ਹਾਂ ਨੇ ਉਦੋਂ ਫੈਸਲਾ ਲਿਆ ਸੀ 85 ਜੀ ਉਹਨਾਂ ਤੋਂ ਬਹੁਤੇ ਬੰਦੇ ਅੱਜ ਵੀ ਉਸੇ ਪਾਸੇ ਆ ਕਿ ਇਹ ਫੈਸਲਾ ਗਲਤ ਆ ਉਹਦੇ ਨਾਲ ਪੰਜਾਬ ਬੜੇ ਸਾਲਾਂ ਤੱਕ ਆਗਣਾ ਸੜਦਾ ਰਿਹਾ ਜੀ ਇੱਕ ਜਿਹੜੇ ਸਿਧਾਂਤਿਕ ਗਲਤ ਫੈਸਲੇ ਲੈ ਲਏ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਭੋਇਆ ਇਹ ਹੁਣ ਇੱਕ ਨਵਾਂ ਪੰਜਾਬ ਨੂੰ ਵਰਟੀਕਲੀ ਸਿਕ ਆਉਣ ਨੂੰ ਇਹਨੇ ਡਿਵਾਈਡ ਕਰ ਦਿੱਤਾ ਗੱਲ ਉਹ ਹੈ ਕਿ ਗੱਲ ਤਾਂ ਸਿੰਪਲ ਹੈ ਅਸੀਂ ਜਥੇਦਾਰ ਸਾਹਿਬ ਨੂੰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜਥੇਦਾਰ ਦੇ ਸਾਹਿਬ ਦੇ ਫੈਸਲੇ ਨੂੰ ਹਾਮੀ ਭਰਾਂਗੇ ਜੇ ਉਹ ਫੈਸਲਾ ਸਿੱਖ ਕੌਮ ਦੇ ਹਿੱਤ ਵਿੱਚ ਹੋਵੇ ਕੀ ਅਸੀਂ ਬਾਬਿਆਂ ਨੂੰ ਜਾਂ ਐਮਐਸਜੀ ਜਾਂ ਦੂਜੇ ਬੰਦਿਆਂ ਨੂੰ ਅਸੀਂ ਸਿੱਖ ਕੌਮ ਦੇ ਉੱਤੇ ਲੈ ਜਾਾਂਗੇ ਕੀ ਅਸੀਂ ਉਹਨਾਂ ਨੂੰ ਆਗਿਆ ਦੇ ਦਾਂਗੇ ਕਿ ਜਦੋਂ ਉਹਨਾਂ ਦਾ ਜੀ ਕਰੇ ਉਹ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਾਂ ਦੂਜੇ ਗੁਰੂ ਸਾਹਿਬ ਦਾ ਸਵਾਗਤ ਰਚਾਲੇਨ ਤੇ ਫੇਰ ਕਹਿ ਦੇਣ ਕਿ ਅਸੀਂ ਤਾਂ ਕੀਤਾ ਨਹੀਂ ਜੀ ਤੇ ਸਿੰਘ ਸਾਹਿਬ ਕਦੇ ਹੁਕਮਨਾਮਾ ਜਾਰੀ ਕਰਦੇ ਤੇ ਕਦੇ ਵਾਪਸ ਲੈ ਲੈਂਦੇ ਇਹ ਕੋਈ ਗੱਲ ਜਿਹੜੀ ਹੈ ਇਸ ਸੇਕ ਕੌਮ ਨੂੰ ਸੇਹ ਦੇਣ ਵਾਲੀ ਨਹੀਂ ਹੈ ਜਿੱਥੇ ਤੱਕ ਬੀਬੀ ਜੀ ਨੇ ਕਿਹਾ ਇਹ ਜਿਹੜਾ ਪਲੇਟਫਾਰਮ ਹੈ ਐਸਡੀਪੀਸੀ ਦੇ ਬਾਰੇ ਕਰਨ ਦਾ ਇਹ ਇਹਨਾਂ ਦਾ ਮੈਂਬਰ ਐਸਡੀਪੀਸੀ ਨੇ ਇਹਨਾਂ ਨੂੰ ਕੱਲ ਵੀ ਉੱਥੇ ਗੱਲ ਕਰਨੀ ਚਾਹੀਦੀ ਸੀ ਕਿ ਕਿਸ ਤਰ੍ਹਾਂ ਸੇਕ ਕੌਮ ਦਾ ਪ੍ਰਚਾਰ ਹੋ ਸਕੇ ਅਸੀਂ ਤਾਂ ਸਿਰਫ ਲੇਖਕ ਦੇ ਤੌਰ ਤੇ ਕਹਿੰਦੇ ਆ ਕਿ ਐਸੀਪੀਸੀ ਨੇ 1925 ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਦੇ ਪ੍ਰਚਾਰ ਲਈ ਕੋਈ ਉਦਮ ਨਹੀਂ ਕੀਤਾ। ਓਕੇ ਓਕੇ ਲਾਲਪਰਾ ਜੀ ਇਸ ਮੁੱਦੇ ਦੇ ਉੱਤੇ ਮੈਂ ਗੱਲ ਕਰਦਾ ਆਪਾਂ ਔਨੈਸ ਮੁੱਦੇ ਤੇ ਬੀਬੀ ਜੀ ਮੈਂ ਤੁਹਾਨੂੰ ਬਾਅਦ ਵਿੱਚ ਇਸ ਮੁੱਦੇ ਤੇ ਗੱਲ ਕਰਦਾ। ਬੰਦੇ ਸਾਹਿਬ ਕੁਝ ਗੱਲ ਜਿੱਦਾਂ ਬੀਬੀ ਜੀ ਨੇ ਕੀ ਸ਼ੁਰੂਇਜ਼ ਕੀਤਾ ਕਿ ਵੀ ਹੁਣ ਇਸ ਵੇਲੇ ਕੁਝ ਲੋਕ ਰਾਸੀ ਰੋਟੀਆਂ ਸੇਕ ਰਹੇ ਆ। ਦੂਜੀ ਤਰ੍ਹਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਉਹ ਕਿਸੇ ਰਾਸੀ ਦਬਾ ਦੇ ਹੇਠਾਂ ਆ ਕੇ ਲਿਆ ਗਿਆ ਫੈਸਲਾ। ਤੁਸੀਂ ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ ਜਿਹੜੀ ਟੋਟਲ ਆਪਣੀ ਬਹਿਸ ਜਿਹੜੀ ਹੁਣ ਵੀ ਚੱਲ ਰਹੀ ਹੈ। ਜੀ। ਗੱਲ ਫੈਸਲੇ ਨੂੰ ਕੋਈ ਨਹੀਂ ਕਿੰਤੂ ਪ੍ਰੰਤੂ ਕੋਈ ਨਹੀਂ ਬਈ ਇਹ ਨਹੀਂ ਕਹਿ ਰਹੇ ਬਈ ਉਹਨਾਂ ਦੋਨੋਂ ਤਰ੍ਹਾਂ ਦੇ ਵਿੱਚ ਸ਼ਾਂਤੀ ਨਹੀਂ ਸੀ ਹੋਣੀ ਚਾਹੀਦੀ ਸਮਝੌਤਾ ਨਹੀਂ ਸੀ ਹੋਣਾ ਜੀ ਓਕੇ ਜਿਹੜੀ ਜਿਹੜੀ ਕੰਟਰੋਵਰਸੀ ਹੈ ਕੰਟਰੋਵਰਸੀ ਇਹ ਹੈ ਕਿ ਇਹ ਫੈਸਲਾ ਲਿਆ ਕਿਸ ਤਰੀਕੇ ਨਾਲ ਜਿਸ ਤੰਗ ਤਰੀਕੇ ਨਾਲ ਲਿਆ ਗਿਆ ਬਿਲਕੁਲ ਜਿਸ ਤਰ੍ਹਾਂ ਐਸਜੀਪੀਸੀ ਜਿਸ ਤਰ੍ਹਾਂ ਹੁਣ ਤੁਸੀਂ ਇੱਕ ਕਮੇਟੀ ਬਾਅਦ ਚੋਂ ਬਣਾਉਣ ਦੀ ਕੋਸ਼ਿਸ਼ ਹੁਣ ਕਹੀ ਹੈ ਇਹ ਜਿਸ ਦਿਨ 2007 ਤੋਂ ਬਾਅਦ ਉਦੋਂ ਕਮੇਟੀ ਬਣਾਈ ਜਾਂਦੀ ਉਹ ਕਮੇਟੀ ਦੀ ਰეკਮੈਂਡੇਸ਼ਨ ਲੈ ਰਹੇ ਨੇ ਓਕੇ ਤੇ ਇਹ ਜਿਹੜੀ ਹੈਗੀ ਇੱਕ ਪੂਰਾ ਐਡਾ ਵੱਡਾ ਹਾਊਸ ਹੈ ਔਰ ਜਿਹੜੀ 트ਰੇਜਡੀ ਹੈ ਬਹੁਤ ਵੱਡੀ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਔਰ ਇਵਨ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਇਹ ਜਿਹੜੀ ਜਿਹੜੀ ਐ ਐਸਜੀਪੀਸੀ ਦਾ ਹਾਊਸ ਹੈ ਉਹਦਾ ਇੱਕ ਕੇਸ ਚੱਲ ਰਿਹਾ ਉਹ ਹਾਲੇ ਤੱਕ ਰਿਜ਼ੋਲਵ ਨਹੀਂ ਹੋ ਰਿਹਾ ਸਿੱਖਾਂ ਦੀ ਪਾਰਲੀਮੈਂਟ ਹੈ ਉਹਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਮੈਂਬਰਸ ਆਪਣੇ ਬੈਠ ਕੇ ਗੱਲ ਕਰਨਾ ਉਹਨਾਂ ਨੂੰ ਹਾਲੇ ਤੱਕ ਇਹ ਨਹੀਂ ਉਹਨਾਂ ਨੂੰ ਫੈਸਲਾ ਲੈਣ ਦੇ ਅਧਿਕਾਰ ਨਹੀਂ ਹੈ ਬਿਲਕੁਲ ਉਹ ਉਹ ਬੈਠੇ ਜੀ ਉਹ ਹਾਲੇ ਮੈਂਬਰ ਹੈਗੇ ਕਿ ਨਹੀਂ ਹੈਗੇ ਉਹਨਾਂ ਨੂੰ ਇਹ ਵੀ ਪਤਾ ਨਹੀਂ ਹੈ ਜੀ ਜੀ ਸੋ ਇਸ ਲਈ ਇੱਕ ਇੱਕ ਲੈਵਲ ਦੇ ਉੱਤੇ ਜਿਹੜੀ ਹੈਗੀ ਕਮਿਊਨਿਟੀ ਲੈਵਲ ਦੇ ਉੱਤੇ ਇੱਕ ਜਿਹਨੂੰ ਕਹਿੰਦੇ ਕਨਫਿਊਜ਼ਨ ਜਿਹੜੀ ਹੈਗੀ ਬਹੁਤ ਜ਼ਿਆਦਾ ਪ੍ਰਪੇਚੂਏਟ ਹੋ ਰਹੀ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾਲਪੁਰਾ ਸਾਹਿਬ ਨੇ ਕਿਹਾ ਵੀ ਪੰਜਾਬ ਦੇ ਵਿੱਚ ਇਹ ਸੰਤਾਪ ਜਿਹੜੀ ਕਨਫਿਊਜ਼ਨ ਦੇ ਕਾਰਨ ਓਕੇ ਇਹ ਬਹੁਤ ਜ਼ਿਆਦਾ ਪੰਜਾਬ ਇਹ ਇਹ ਸੰਤਾਪ ਵੀ ਪਹਿਲਾਂ ਵੀ ਬਿਲਕੁਲ ਭੁਗ ਚੁੱਕਿਆ ਤੇ ਦੂਸਰੀ ਗੱਲ ਇਹਦੇ ਵਿੱਚ ਜਿਹੜੀ ਸਾਹਮਣੇ ਆਉਂਦੀ ਹੈ ਕਿ ਜਿਹੜੀ ਰਿਲੀਜੀਅਨ ਜਿਹੜਾ ਜੀ ਰੈਲੀਜੀਅਨ ਜਿਹੜਾ ਹੈ ਬਹੁਤ ਹੀ ਸੈਂਸਿਟਿਵ ਇਸ਼ੂ ਆ ਪੰਜਾਬ ਨੇ ਇਹ ਦੱਸ ਚੁੱਕੇ ਉਸ ਤੋਂ ਬਾਅਦ ਜੋ ਕਸ਼ਮੀਰ ਨੇ ਦੱਸਦਾ ਜੀ ਉਹੋ ਜੇ ਇਸ਼ੂ ਦੇ ਉੱਤੇ ਉਹੋ ਜੇ ਇਸ਼ੂ ਦੇ ਉੱਤੇ ਇੱਕ ਜਿਹਨੂੰ ਕਹਿੰਦੇ ਹੁੰਦੇ ਐਡ ਹੌਕ ਤਰੀਕੇ ਦੇ ਨਾਲ ਫੈਸਲਾ ਫੈਸਲਾ ਲਿਆ ਜਾਣਾ ਫੈਸਲਾ ਲੈਣਾ ਇਹਦੇ ਨਾਲ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਸ਼ੱਕ ਪੈਦਾ ਹੁੰਦੇ ਨੇ ਔਰ ਜਿਹੜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਮਿਊਨਿਟੀ ਜਿਹੜੀ ਹੈਗੀ ਆ ਇਸ ਵੇਲੇ ਇਸ ਵੇਲੇ ਸਿੱਖ ਕਮਿਊਨਿਟੀ ਡਿਵਾਈਡਡ ਸਾਹਮਣੇ ਆ ਰਹੀ ਹੈ ਔਰ ਇਹ ਜਿਹੜੀ ਹੈਗਾ ਇਹ ਉਦੋਂ ਕਦੋਂ ਹੋ ਰਿਹਾ ਕਿ 2017 ਦੀਆਂ ਇਲੈਕਸ਼ਨਸ ਤੁਹਾਡੇ ਸਾਹਮਣੇ ਮਤੇ ਨਜ਼ਰ ਬਿਲਕੁਲ ਉਹਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਇੱਕ ਜਿਹੜੀ ਕਮਿਊਨਿਟੀ ਲੈਵਲ ਤੇ ਰਿਲੀਜੀਅਸ ਡਿਵਾਈਡ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਪੈਦਾ ਹੁੰਦਾ ਉਹਦੇ ਵਿੱਚ ਔਰ ਜਿਹੜੀ ਕ੍ਰਿਸਟਲਾਈਜੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ ਕਿਉਂਕਿ ਤੁਸੀਂ ਪਿਛਲੇ ਸਮੇਂ ਦੇ ਉੱਤੇ ਬੇਸ਼ੱਕ ਕਮਿਊਨਲ ਲੈਵਲ ਦੇ ਉੱਤੇ ਬਹੁਤ ਫਰਕ ਹੋਵੇ ਪਰ ਸਿੱਖ ਕੌਮ ਦੇ ਅੰਦਰ ਜੇ ਤੁਸੀਂ ਇੱਕ ਲੈਵਲ ਦੇ ਉੱਤੇ ਹੈ ਇੱਕ ਜਿਹੜਾ ਸਪੈਸ਼ਲੀ ਜਿਹੜੀ ਪੰਜਾਬ ਦੇ ਵਿੱਚ ਹੈ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਲੱਗ-ਅਲੱਗ ਸੁਰਾਂ ਸੀਗੀਆਂ ਉਹ ਇਕੱਠੀਆਂ ਹੋ ਕੇ ਗੱਲ ਕਰਨੀਆਂ ਸ਼ੁਰੂ ਹੋ ਗਈਆਂ ਇਸ ਫੈਸਲੇ ਦੇ ਨਾਲ ਉਹ ਦੁਆਰਾ ਜਿਹੜੀਆਂ ਵੱਖਰੀ-ਵੱਖਰੀ ਜੀ ਇੱਕ ਸੈਟ ਬੈਕ ਵਿਵਲ ਆਂਡਰਾ ਜੀ ਸਾਡੇ ਕੋਲੇ ਬੈਠੇ ਹੈ ਬੀਬੀ ਤੁਸੀਂ ਜਿਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਫੋਰਮ ਦੇ ਉੱਤੇ ਵੀ ਹੈਗਿਆਂ ਇਹ ਗੱਲ ਇਹ ਵੀ ਜਿਦਾਂ ਅਪਦੇਸ਼ੀ ਨੇ ਗੱਲ ਕੀ ਹੈ ਕਿ ਵੀ ਜਦੋਂ ਇਸ ਵळे ਉਦੋਂ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਕਸੂਰ ਨਹੀਂ ਸਿਸਟਮ ਦਾ ਕਸੂਰ ਹੈ ਕਿ ਵੀ ਉਹ ਅਜੇ ਤੱਕ ਹਵਾ 'ਚ ਲਟਕ ਰਹੀ ਹੈ ਉਹਨੂੰ ਮਾਨਤਾ ਨਹੀਂ ਦਿੱਤੀ ਗਈ ਇਹੋ ਜੇ ਮੌਕੇ ਤੇ ਖਾਸ ਤੌਰ ਤੇ ਇਹ ਨਹੀਂ ਲੱਗਦਾ ਜਿਦਾਂ ਲਾਲਪਰਾਇ ਜੀ ਨੇ ਕਿਹਾ ਕਿ ਚਾਹੇ ਜਿਹੜੇ ਹੈਗੇ ਸੰਤ ਸਮਾਜ ਵੱਖ-ਵੱਖ ਜਿਹੜੀ ਹੈਗੀ ਹੈ ਸਿੱਖ ਜਿੱਥੇ ਬੰਦਿਆਂ ਨਮੇਂਦਾ ਲੋਕ ਉਹਨਾਂ ਨੂੰ ਬੁਲਾ ਕੇ ਇਸ ਮਾਮਲੇ ਨੂੰ ਰੜਕ ਕੇ ਕੋਈ ਫੈਸਲਾ ਲਿਆ ਜਾਂਦਾ ਤਾਂ ਸ਼ਾਇਦ ਜਿ ਤਿੱਖੀ ਡਿਵੀਜ਼ਨ ਨਾ ਪੈਦਾ ਹੁੰਦੀ ਨਹੀਂ ਬਿਲਕੁਲ ਠੀਕ ਹੈ ਸ਼ਾਇਦ ਇਹਨਾਂ ਚੀਜ਼ਾਂ ਨੂੰ ਸੋਚ ਕੇ ਹੀ ਹੁਣ ਜਿਹੜੀ ਮੈਂ ਨਜ਼ਰਸਾਨੀ ਕਮੇਟੀ ਦੀ ਗੱਲ ਕਰ ਰਹੀ ਹਾਂ ਕਿ ਕੰਨ ਸ਼ਾਮ ਨੂੰ ਹੀ ਲੇਟ ਨਾਈਟ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਹੈ ਜੀ ਜੀ ਕਿ ਇਹ ਇਹ ਵੀ ਮੁੱਦਾ ਤੇ ਹੋਰ ਵੀ ਕਿੰਨੇ ਮੁੱਦੇ ਨੇ ਕਿਉਂਕਿ ਬਹੁਤ ਸਾਰੇ ਮੁੱਦਿਆਂ ਤੇ ਪਹਿਲਾਂ ਵੀ ਕਈ ਸਿੱਖ ਵਿਦਵਾਨਾਂ ਦੇ ਖਿਲਾਫ ਇਹ ਜਾਰੀ ਹੋਇਆ ਕਿ ਪੰਥ ਚੋਂ ਛੇਕਿਆ ਗਿਆ ਜਿਵੇਂ ਕੁਝ ਮੁੱਦਿਆਂ ਤੇ ਉਹ ਸਾਰੇ ਜਿਹੜੇ ਮੁੱਦਿਆਂ ਤੇ ਮੇਰੇ ਖਲ ਨਜ਼ਰਸਾਨੀ ਮੁੜ ਕੇ ਹੋਣੀ ਚਾਹੀਦੀ ਹੈ ਔਰ ਬਿਲਕੁਲ ਠੀਕ ਹੈ ਜੇਕਰ ਇਹ ਚੀਜ਼ ਹੈ ਥੋੜੀ ਮੈਂ ਖੁਦ ਮੇਰਾ ਮੇਰੀ ਨਿੱਜੀ رائے ਹੈ ਇਹ ਜੀ ਜੀ ਥੋੜੀ ਕਹਾੜ ਜ਼ਰੂਰ ਹੋਈ ਹੈ ਸਾਰਿਆਂ ਨੂੰ ਜੇਕਰ ਆਪਾਂ ਇੱਕ ਕਲਾਵੇਚ ਲੈ ਕੇ ਗੱਲ ਕਰਦੇ ਤਾਂ ਸ਼ਹਿਰ ਦੇ ਇਦਾਂ ਦੀ ਬਿਟਰਨੈਸ ਨਾਲ ਪਰ ਮੇਰੀ ਇਹ ਬੇਨਤੀ ਜ਼ਰੂਰ ਹੈ ਕਿ ਪੰਜਾਬ ਦੇ ਵਡੇਰੇ ਹਿੱਤਾਂ ਵਾਸਤੇ ਹੁਣ ਜਿਹੜੀ ਇਹ ਚੀਜ਼ ਇਹਨੂੰ ਆਪਾਂ ਐਕਸੈਪਟ ਕਰੀਏ ਆਪਾਂ ਅਦਰਵਾਈਜ਼ ਅਸੀਂ ਅਸੀਂ ਲੋਕਾਂ ਨੂੰ ਮੌਕਾ ਦੇ ਰਹੇ ਹਾਂ ਦੂਜੇ ਲੋਕਾਂ ਨੂੰ ਮੌਕਾ ਦੇ ਰਹੇ ਹਾਂ ਕਿਉਂਕਿ ਅਸੀਂ ਜਿਹੜੇ ਆਪਣੇ ਹੁਕਮ ਨੇ ਅਸੀਂ ਜੀਵਨ ਜਾਂਚ ਦੀ ਜਿਹੜੀ ਇੱਕ ਸੇਧ ਹੈ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈਨੇ ਆ ਸਾਡੀ ਸੁਪਰੀਮ ਅਦਾਲਤ ਹੈ ਤੇ ਅਸੀਂ ਦੂਜੇ ਲੋਕਾਂ ਨੂੰ ਆਪਣੇ ਅੰਦਰ ਜਿਵੇਂ ਆਰਐਸਐਸ ਦੇ ਦੋਸ਼ ਲੱਗਦੇ ਨੇ ਹੁਣ ਆਰਐਸਐਸ ਭਾਵੇਂ ਇਸ ਮੁੱਦੇ ਤੇ ਬਿਲਕੁਲ ਇੰਟਰਫੇਅਰ ਨਾ ਕਰੇ ਪਰ ਜਿਵੇਂ ਹੁੰਦਾ ਹੈ ਕਿ ਕਿਸੇ ਕਮਲੇ ਕੋਲੇ ਮਾਚਿਸ ਦੀ ਡੱਬੀ ਸੀ ਹਮ ਉਹਨੇ ਕਿਹਾ ਕਿ ਕਮਲੇ ਆਗ ਨਾ ਲਾ ਦੇ ਉਹ ਕਹਿੰਦੇ ਹੁਣ ਤਾਂ ਮੈਂ ਜ਼ਰੂਰ ਲਾ ਸੋ ਅਸੀਂ ਤਾਂ ਮੁੜ ਕੇ ਉਹਨਾਂ ਨੂੰ ਆਪ ਖੁਦ ਸੁਧਾ ਦੇ ਰਿਹਾ ਅਸੀਂ ਆਪਣੀ ਲੜਾਈ ਅਸੀਂ ਆਪਸ ਵਿੱਚ ਕਿਉਂ ਖਾਨਾ ਜੰਗੀ ਦੇ ਵਿੱਚ ਪੈ ਗਏ ਕਿ ਬੀਬਾ ਜੀ ਉਹਦੇ ਲਈ ਕਿਤੇ ਜੀ ਅੱਗੇ ਵਾਸਤੇ ਆਪਾਂ ਸੁਧਾਰੀ ਉਹਦੇ ਲਈ ਅਸੀਂ ਕਿਤੇ ਆਪ ਵੀ ਜ਼ਿੰਮੇਵਾਰਾਂ ਲਾਲਪੁਰਾ ਸਾਹਿਬ ਜਦੋਂ ਇਹ ਇਸ਼ੂ ਜਦਾਂ ਬੀਬਾ ਜੀ ਦੇ ਵੀ ਇਹ ਗੱਲ ਕਹਿਣਾ ਹੈ ਕਿ ਵੀ ਸਿੰਘ ਸਾਹਿਬਾਨ ਨੇ ਕਹੀ ਹੈ ਕਿ ਵੀ ਅਸੀਂ ਇੱਕ ਕਮੇਟੀ ਬਣਾ ਦਿੰਨੇ ਆ ਜਿਹੜੀ ਕਮੇਟੀ ਸਾਰੇ ਫੈਸਲਿਆਂ ਨੂੰ ਇਹ ਕੋਖੇਗੀ ਲਾਲਪੁਰਾ ਸਾਹਿਬ ਤੁਸੀਂ ਤਾਂ ਬੜਾ ਸਾਰੇ ਨਾ ਮੁੱਦਿਆਂ ਨੂੰ ਬਰੀਕੀ ਦੇ ਨਾਲ ਦੇਖਦੇ ਰਹੇ ਹੋ ਜਿਹੜੇ ਸਾਬਕਾ ਜਥੇਦਾਰਾ ਦਰਸ਼ਨ ਸਿੰਘ ਉਹ ਅਜੇ ਤੱਕ ਆਪਣਾ ਦਰਦ ਦਾ ਤੁਰੇ ਫਿਰਦੇ ਆ ਉਹਨਾਂ ਨੂੰ ਮਾਫ ਨਹੀਂ 12700 ਦਾ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਮਾਫੀ ਦੇ ਰਹੇ ਆ ਤੇ ਹੁਣ ਜਦੋਂ ਕਮੇਟੀ ਬਣਾਉਣ ਲੱਗੇ ਆ ਤਾਂ ਜਿਹੜੇ ਦੂਜੇ ਇਦਾਂ ਦੇ ਮੁੱਦੇ ਫਿਰ ਸਾਰਿਆਂ ਨੇ ਕੋਈ ਨਹੀਂ ਦੇਖਣ ਦੀ ਲੋਗ ਗੱਲ ਇਹ ਹੈ ਸੁਪਰੀਮ ਕੋਰਟ ਜੇ ਕੋਈ ਫੈਸਲਾ ਕਰ ਦੇ ਤੇ ਫਿਰ ਕਹਦੇ ਕਿ ਅਸੀਂ ਆਪਣਾ ਫੈਸਲਾ ਟ੍ਰਿਬਿਊਨਲ ਨੂੰ ਦਿੰਦੇ ਆ ਕਿ ਤੁਸੀਂ ਦੇਖੋ ਕਿ ਅਸੀਂ ਇਹਨੂੰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਇਹ ਮਜ਼ਾਕ ਕੀ ਕਰ ਰਹੇ ਹੋ ਸੱਚ ਧਰਮ ਦਾ ਸਿਧਾਂਤ ਦੀ ਗੱਲ ਹੈ ਜਿਹੜਾ ਪੰਜ ਸਿੰਘ ਸਾਹਿਬਾਨ ਨੂੰ ਜਿਹੜਾ ਵੀ ਫੈਸਲਾ ਕਰਨਾ ਹੈ ਉਹਨਾਂ ਨੂੰ ਆਪਣਾ ਵਿਚਾਰ ਕੇ ਕਰਨਾ ਚਾਹੀਦਾ ਸੀ ਜੇ ਉਹ ਸਮਝਦੇ ਕਿ ਨਜ਼ਰਸਾਨੀ ਦੀ ਲੋੜ ਹੈ ਤੇ ਇਹਨੂੰ ਵਿਡਰੋ ਕਰ ਲੈਣ ਫੈਸਲੇ ਨੂੰ ਤੇ ਦੁਬਾਰਾ ਮੁੜ ਕੇ ਵਿਚਾਰ ਕਰ ਲੈਣ ਲੇਕਿਨ ਸਿੰਘ ਸਾਹਿਬਾਨ ਦੇ ਫਾਸਲੇ ਨੂੰ ਫੇਰ ਇੱਕ ਕਮੇਟੀ ਡਿਸਾਈਡ ਕਰੇਗੀ ਇਹ ਤਾਂ ਕੋਈ ਮਜ਼ਾਕ ਵਾਲੀ ਗੱਲ ਹੈ ਫੇਰ ਤੁਸੀਂ ਸਿੰਘ ਸਾਹਿਬਾਨ ਦੀ ਸੰਸਥਾ ਨੂੰ ਨੀਵਾ ਕਰਨਾ ਚਾਹੁੰਦੇ ਹੋ ਕਿ ਜੋ ਕਮੇਟੀ ਫੈਸਲਾ ਕਰੇਗੀ ਅਸੀਂ ਉਹਨੂੰ ਮੰਨਾਂਗੇ ਸੋ ਇਹ ਜਿਹੜਾ ਹੈ ਦੇਖੋ ਧਰਮ ਨੂੰ ਰਾਜਨੀਤੀ ਲਈ ਵਰਤਣਾ ਹਮੇਸ਼ਾ ਖਤਰਨਾਕ ਰਿਹਾ ਹੈ ਉਹ ਕੀ ਲੱਗ ਰਿਹਾ ਜੀ ਜੀ ਇਥੇ ਥੈਂਕ ਯੂ ਵੈਰੀ ਮਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਹੜੀ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਮਾਫੀ ਨੂੰ ਲੈ ਕੇ ਮੁੱਦੇ ਜਿਹੜੇ ਉੱਭਰ ਕੇ ਸਾਹਮਣੇ ਆਇਆ ਉਹਨਾਂ ਦੇ ਸਾਡੇ ਮਹਿਮਾਨਾਂ ਨੇ ਜਿਹੜੀ ਚਰਚਾ ਕੀਤੀ ਹੈ ਅਸੀਂ ਆਪਣੇ ਦਰਸ਼ਕਾਂ ਲਈ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇਸ ਚਰਚਾ ਨੂੰ ਅਸੀਂ ਦੋ ਪੜਾਵਾਂ 'ਚ ਕਰ ਰਹੇ ਹਾਂ ਬਹੁਤ ਹੀ ਨਾਜ਼ੁਕ ਮਾਮਲੇ ਆ ਔਰ ਕਈ ਅਹਿਮ ਸਵਾਲ ਹੈ ਜਿਹੜੀ ਅਸੀਂ ਆਪਣੇ ਮਹਿਮਾਨਾਂ ਨਾਲ ਅੱਜ ਸਾਂਝੇ ਕਰਾਂਗੇ ਉਹ ਸਾਂਝੇ ਕਰਾਂਗੇ ਦੂਜੇ ਪੜਾਅ ਦੀ ਚਰਚਾ 'ਚ ਪ੍ਰੋਗਰਾਮ ਬਾਰੇ ਕੋਈ ਵੀ ਤੁਸੀਂ رائے ਦੇਣੀ ਹੋਵੇ ਤਾਂ ਪ੍ਰੋਗਰਾਮ ਦਾ ਜਿਦਾ ਪਹਿਲਾਂ ਹੀ ਤੁਹਾਨੂੰ ਪਤਾ ਹੈ ਜਗਦਾਰ ਸਿੱਧੂ @globalpunjabtv.com